ਕੀ ਮਾਮਲਾ ਜਿਹੜਾ ਬੰਬ ਨੁਮਾ ਚੀਜ਼ ਮਿਲੀ ਹੈ, ਕੀ ਹੈਗਾ ਜਿਹੜਾ ਮਿਲਿਆ? ਅੱਜ ਸਾਡੇ SHO ਸਾਹਿਬ ਨੂੰ ਸਵੇਰੇ ਇੱਕ ਤਲਾਹ ਮਿਲੀ ਵੀ ਥਾਣੇ ਦੇ ਬਾਹਰ ਕੋਈ ਬੰਬ ਨੁਮਾ ਚੀਜ਼ ਪਈ ਆ ਜੀ, ਜਿਹੜੀ ਤੁਰੰਤ ਉਹਨਾਂ ਨੇ ਸਾਡੀ ਨੌਲੇਜ 'ਚ ਲਿਆਂਦਾ ਅਤੇ ਨਾਲ ਹੀ ਉਹਨਾਂ ਨੇ ਜਿਹੜਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਨੇ ਉਹਦੇ ਮੁਤਾਬਕ ਅਸੀਂ ਤੁਰੰਤ ਬੰਬ ਡਿਸਪੋਜ਼ਲ ਅਤੇ ਐਂਟੀ ਸੈਬੋਟੇਜ ਚੈੱਕ ਟੀਮ ਦੇ ਨਾਲ ਲਿੰਕ ਕੀਤਾ ਜੀ, ਔਰ ਅਸੀਂ ਤੁਰੰਤ ਉਹਨੂੰ ਜਿਹੜੇ ਲੈਬੋਰਟਰੀ 'ਚ ਚੈੱਕ ਕਰਨ ਵਾਸਤੇ ਭੇਜ ਦਿੱਤਾ ਅਤੇ ਜੋ ਉਹਦੀ ਰਿਪੋਰਟ ਆਏਗੀ ਉਹਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਕਿਸ ਤਰੀਕੇ ਨਾਲ ਪਤਾ ਲੱਗਾ ਜੀ, ਕੋਈ ਫੋਨ ਆਇਆ ਕਿ ਕੋਈ ਕਿਸੇ ਨੂੰ ਮੈਸੇਜ ਲੱਗਾ ਸੀ? ਨਹੀਂ ਜੀ, SHO ਸਾਹਿਬ ਨੂੰ ਇਹਦੇ ਬਾਰੇ ਇਤਲਾਹ ਮਿਲੀ, ਹੋ ਸਕਦਾ ਕਿਸੇ ਰੂਟੀਨ 'ਚ ਰਸਤੇ 'ਚ ਆਉਂਦਾ ਜਾਂਦਾ ਦੇਖਿਆ, ਕਿਉਂਕਿ ਥਾਣੇ ਦੇ ਬਾਹਰ ਆਮ ਆਵਾਜਾਈ ਆ ਜੀ, ਮੇਨ ਰੋਡ ਆ ਜੀ, ਅਤੇ ਉੱਥੋਂ ਜਦੋਂ ਉਹਨਾਂ ਨੂੰ ਇਤਲਾਹ ਮਿਲੀ ਆ ਅਤੇ ਉਹਨਾਂ ਨੇ ਇਹ ਸਾਰੀ ਕਾਰਵਾਈ ਕੀਤੀ। ਕਿਸ ਤਰੀਕੇ ਦਾ ਇਹ ਪ੍ਰੋਡਕਟ ਸੀਗਾ, ਕੀ ਕੋਈ ਖਤਰਨਾਕ ਸੀ, ਆਰਡੀਐਕਸ ਸੀ, ਕੀ ਸੀਗਾ ਜੀ? ਅਸੀਂ ਇਹਨਾਂ ਨੂੰ ਲੈਬੋਰਟਰੀ 'ਚ ਭੇਜਤਾ ਜੀ, ਅਤੇ ਅਸੀਂ ਚੈੱਕ ਕਰਨ ਤੋਂ ਬਾਅਦ ਇਹ ਕਲੀਅਰ ਹੋਏਗਾ ਵੀ ਇਹ ਕਿਸੇ ਦੀ ਸ਼ਰਾਰਤ ਹੈ ਜਾਂ ਕੀ ਹੈ। ਇਸ ਬੱਤੀ ਕੋਈ ਸ਼ੱਕੀ ਵਿਤਰੀ, ਕੋਈ CCTV ਵਗੈਰਾ ਗੱਲ ਯਾਰ? ਬਿਲਕੁਲ ਜੀ, ਸਾਡੀ ਜਦੋਂ ਵੀ ਨੌਲੇਜ ਦੇ ਵਿੱਚ ਕੋਈ ਵੀ ਅਜਿਹੀ ਗੱਲ ਆਉਂਦੀ ਆ ਅਸੀਂ ਉਹਨੂੰ ਬਿਲਕੁਲ ਗੰਭੀਰਤਾ ਨਾਲ ਲੈਂਦੇ ਹਾਂ ਜੀ, ਅਸੀਂ ਸਾਰੇ CCTV ਵਗੈਰਾ ਚੈੱਕ ਕਰਾਂਗੇ ਔਰ ਅਸੀਂ ਸਰਕਾਰ ਵੱਲੋਂ ਜਾਰੀ SOP ਦੇ ਮੁਤਾਬਕ ਹੀ ਇਹਦੀ ਕਾਰਵਾਈ ਅਸੀਂ ਕਰ ਰਹੇ ਹਾਂ। ਸਰ ਕੀ ਮਾਮਲਾ ਜਿਹੜਾ ਬੰਬ ਨੁਮਾ ਚੀਜ਼ ਮਿਲੀ ਹੈ, ਕੀ ਹੈਗਾ ਜਿਹੜਾ ਮਿਲਿਆ? ਅੱਜ ਸਾਡੇ SHO ਸਾਹਿਬ ਨੂੰ ਸਵੇਰੇ ਇੱਕ ਤਲਾਹ ਮਿਲੀ ਵੀ ਥਾਣੇ ਦੇ ਬਾਹਰ ਕੋਈ ਬੰਬ ਨੁਮਾ ਚੀਜ਼ ਪਈ ਆ ਜੀ, ਜਿਹੜੀ ਤੁਰੰਤ ਉਹਨਾਂ ਨੇ ਸਾਡੀ ਨੌਲੇਜ 'ਚ ਲਿਆਂਦਾ ਅਤੇ ਨਾਲ ਹੀ ਉਹਨਾਂ ਨੇ ਜਿਹੜਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਨੇ ਉਹਦੇ ਮੁਤਾਬਕ ਅਸੀਂ ਤੁਰੰਤ ਬੰਬ ਡਿਸਪੋਜ਼ਲ ਅਤੇ ਐਂਟੀ ਸੈਬੋਟੇਜ ਚੈੱਕ ਟੀਮ ਦੇ ਨਾਲ ਲਿੰਕ ਕੀਤਾ ਜੀ, ਔਰ ਅਸੀਂ ਤੁਰੰਤ ਉਹਨੂੰ ਜਿਹੜੇ ਲੈਬੋਰਟਰੀ 'ਚ ਚੈੱਕ ਕਰਨ ਵਾਸਤੇ ਭੇਜ ਦਿੱਤਾ ਅਤੇ ਜੋ ਉਹਦੀ ਰਿਪੋਰਟ ਆਏਗੀ ਉਹਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਕਿਸ ਤਰੀਕੇ ਨਾਲ ਪਤਾ ਲੱਗਾ ਜੀ, ਕੋਈ ਫੋਨ ਆਇਆ ਕਿ ਕੋਈ ਕਿਸੇ ਨੂੰ ਮੈਸੇਜ ਲੱਗਾ ਸੀਗਾ ਜੀ? ਨਹੀਂ ਜੀ, SHO ਸਾਹਿਬ ਨੂੰ ਇਹਦੇ ਬਾਰੇ ਇਤਲਾਹ ਮਿਲੀ, ਹੋ ਸਕਦਾ ਕਿਸੇ ਰੂਟੀਨ 'ਚ ਰਸਤੇ 'ਚ ਆਉਂਦਾ ਜਾਂਦਾ ਦੇਖਿਆ, ਕਿਉਂਕਿ ਥਾਣੇ ਦੇ ਬਾਹਰ ਆਮ ਆਵਾਜਾਈ ਆ ਜੀ, ਮੇਨ ਰੋਡ ਆ ਜੀ, ਅਤੇ ਉੱਥੋਂ ਜਦੋਂ ਉਹਨਾਂ ਨੂੰ ਇਤਲਾਹ ਮਿਲੀ ਆ ਅਤੇ ਉਹਨਾਂ ਨੇ ਇਹ ਸਾਰੀ ਕਾਰਵਾਈ ਕੀਤੀ। ਕਿਸ ਤਰੀਕੇ ਦਾ ਇਹ ਪ੍ਰੋਡਕਟ ਸੀਗਾ, ਕੀ ਕੋਈ ਖਤਰਨਾਕ ਸੀ, ਆਰਡੀਐਕਸ ਸੀ, ਕੀ ਸੀਗਾ ਜੀ? ਅਸੀਂ ਇਹਨਾਂ ਨੂੰ ਲੈਬੋਰਟਰੀ 'ਚ ਭੇਜਤਾ ਜੀ, ਅਤੇ ਅਸੀਂ ਚੈੱਕ ਕਰਨ ਤੋਂ ਬਾਅਦ ਇਹ ਕਲੀਅਰ ਹੋਏਗਾ ਵੀ ਇਹ ਕਿਸੇ ਦੀ ਸ਼ਰਾਰਤ ਹੈ ਜਾਂ ਕੀ ਹੈ। ਇਸ ਬੱਤੀ ਕੋਈ ਸ਼ੱਕੀ ਵਿਤਰੀ, ਕੋਈ CCTV ਵਗੈਰਾ ਗੱਲ ਯਾਰ? ਬਿਲਕੁਲ ਜੀ, ਸਾਡੀ ਜਦੋਂ ਵੀ ਨੌਲੇਜ ਦੇ ਵਿੱਚ ਕੋਈ ਵੀ ਅਜਿਹੀ ਗੱਲ ਆਉਂਦੀ ਆ ਅਸੀਂ ਉਹਨੂੰ ਬਿਲਕੁਲ ਗੰਭੀਰਤਾ ਨਾਲ ਲੈਂਦੇ ਹਾਂ ਜੀ, ਅਸੀਂ ਸਾਰੇ CCTV ਵਗੈਰਾ ਚੈੱਕ ਕਰਾਂਗੇ ਔਰ ਅਸੀਂ ਸਰਕਾਰ ਵੱਲੋਂ ਜਾਰੀ SOP ਦੇ ਮੁਤਾਬਕ ਹੀ ਇਹਦੀ ਕਾਰਵਾਈ ਅਸੀਂ ਕਰ ਰਹੇ ਹਾਂ।